ਅਸਲਾਮੁਅਲੈਕੁਮ ਦੋਸਤੋ ਅੱਜ ਅਸੀਂ ਪਰਕਨ ਦਾ ਪੰਪ ਲਾਉਣ ਦਾ ਤਰੀਕਾ ਕਾਟ ਜਾਇਆ ਹੈ ਉਹ ਬਿਆਨ ਕਰੂਗੇ ਔਰ ਪ੍ਰੋਪਰ ਕੰਪਲੀਟ ਵੀਡੀਓ ਹੋਊਗੀ ਇਹਦੇ ਵਿੱਚ ਕੋਈ ਵੀ ਚੀਜ਼ ਮਿਸਿੰਗ ਨਹੀਂ ਹੋਊਗੀ ਅਸੀਂ ਪਰਕਨ ਦਾ ਪੰਪ ਓਪਨ ਕਰ ਲਿਆ ਹੈ ਲਬੈਟਰੀ ਹੋ ਗਿਆ ਹੈ ਸਭ ਤੋਂ ਪਹਿਲਾਂ ਇਹਦੇ ਉੱਤੇ ਰਬੜ ਦਾ ਰਿੰਗ ਲਾਉਂਗਾ ਜਿਹਨੂੰ ਓ-ਰਿੰਗ ਵੀ ਕਹਿੰਦੇ ਨੇ ਇਹ ਰਬੜ ਰਿੰਗੇ ਤਾਂ ਕਿ ਇਹ ਜਿਹੜਾ ਆਇਲ ਲੀਕ ਜੇ ਉਹ ਨਾ ਹੋਵੇ ਇਹ ਇਸ ਵਜ੍ਹਾ ਤੋਂ ਲਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਅਸੀਂ ਹੁਣ ਇਹਨੂੰ ਪੰਪ ਨੂੰ ਫਿੱਟ ਕਰੂਗੇ ਟਾਈਮਿੰਗ ਪਲੇਟ ਦੇ ਵਿੱਚ ਆ ਦੇਖੋ ਜੀ ਟਾਈਮਿੰਗ ਪਲੇਟ ਜਿਹੜੇ ਵਿੱਚ ਇਸ ਪੰਪ ਨੂੰ ਫਿੱਟ ਕੀਤਾ ਜਾਊਗਾ ਹਾਏ ਆ ਫਿੱਟ ਕੀਤਾ ਜਾ ਰਿਹਾ ਹੈ ਇਹਨੂੰ ਪੰਪ ਨੂੰ ਇੰਸਟਾਲ ਕਰਤਾ ਹੈ ਤੇ ਇਹਦੇ ਜਿਹੜੇ 3 ਬੋਲਟ ਏ ਤਿੰਨੋਂ ਸਰਾਖ ਨੇ ਕੀ ਕਿ ਅਸੀਂ ਇਹ ਤਿੰਨੋਂ ਬੋਲਟ ਜਿਹੜੇ ਨੇ ਉਹ ਲਾਉਂਗੇ ਆ ਦੇਖੋ ਜੀ ਪਹਿਲਾ ਬੋਲਟ ਦੂਸਰਾ ਬੋਲਟ ਵਿਦ ਵਾਸ਼ਰ ਇਹਦੀ ਵਾਸ਼ਰ ਇਹਦੇ ਨਾਲ ਹੈ ਕਿਉਂਕਿ ਵਾਸ਼ਰ ਤੋਂ ਬਗੈਰ ਬੋਲਟ ਨਹੀਂ ਲਾਉਣੀ ਵਾਸ਼ਰ ਦੇ ਨਾਲ ਪ੍ਰੋਪਰ ਰੱਖ ਕੇ ਬੋਲਟ ਲਾਉਣੇ ਨੇ ਆ ਦੇਖੋ ਜੀ ਇਹਨਾਂ ਦੀਆਂ ਵਾਸ਼ਰਾਂ ਬੋਲਟਾਂ ਦੀਆਂ ਬੋਲਟਾਂ ਦੇ ਨਾਲ ਨੇ ਤੇ ਅਸੀਂ ਤਿੰਨੋਂ ਹੀ ਬੋਲਟ ਜਿਹੜੇ ਨੇ ਉਹ ਪਹਿਲੇ ਹੱਥ ਦੇ ਨਾਲ ਲਾ ਲੂਗੇ ਬਿਲਕੁਲ ਆਰਾਮ ਨਾਲ ਬੋਲਟ ਲੱਗ ਰਹੇ ਨੇ ਆ ਦੇਖੋ ਜੀ ਬਿਲਕੁਲ ਆਰਾਮ ਨਾਲ ਬੋਲਟ ਲੱਗ ਰਹੇ ਨੇ ਠੀਕ ਹੈ ਅਸੀਂ ਇਹਨਾਂ ਨੂੰ ਬੋਲਟਾਂ ਨੂੰ ਲਾ ਲਏ ਆ ਇਹਨਾਂ ਨੂੰ ਬੋਲਟਾਂ ਨੂੰ ਬਿਲਕੁਲ ਆਰਾਮ ਦੇ ਨਾਲ ਲੱਗ ਰਹੇ ਨੇ ਟਾਇਰ ਕਰਦੇ ਤੇ ਜਾਊਗੇ ਹੁਣ ਆ ਦੇਖੋ ਜੀ ਆ ਤਿੰਨੇ ਬੋਲਟ ਲੱਗ ਗਏ ਨੇ ਆ ਬੋਲਟ ਜਿਹੜਾ ਹੈ ਇਹਨਾਂ ਅਸੀਂ ਕੇਮ ਸ਼ਾਫਟ ਲਾ ਕਰੂਗੇ ਆ ਹੁਣ ਬੋਲਟ ਲੱਗ ਗਏ ਨੇ ਤੇ ਇਹਨਾਂ ਨੂੰ ਤਿੰਨਾ ਬੋਲਟਾਂ ਨੂੰ ਅਸੀਂ ਜਿਹੜਾ ਹੈ ਆਪਣਾ ਰੈਚਟ ਦੀ ਮਦਦ ਦੇ ਨਾਲ ਟਾਈਟ ਕਰ ਲੂਗੇ ਤਾਂ ਕਿ ਜਿਹੜਾ ਇਹਨਾਂ ਬੋਲਟ ਬਰਾਬਰ ਟਾਈਟ ਹੋ ਜਾਣ ਔਰ ਪੰਪ ਜਿਹੜਾ ਬਿਲਕੁਲ ਫਿਕਸ ਹੋਰ ਸਹੀ ਆਪਣੀ ਜਗ੍ਹਾ ਤੇ ਆ ਕੇ ਬੈਠ ਜਾਵੇ ਤਾਂ ਕਿ ਜਿਹੜੀ ਉਹ ਸੀਲ ਹੈ ਉਹ ਵੀ ਜਿਹੜੀ ਉਹ ਸੀਲ ਉਹ ਵੀ ਬਿਲਕੁਲ ਸਹੀ ਹੋ ਆਪਣੀ ਜਗ੍ਹਾ ਤੇ ਆ ਕੇ ਬੈਠ ਜਾਵੇ और अपनी जगह तो बिल्कुल पंप पै जाए ताकि जरा इंजन स्टार्ट होने बाद कोई भी लीकेज वगैरह ना हो इसका करके बिलकुल टैट कर दिता जाएगा रैचट की मदद नंबर की साकट लगनी है दस नंबर साकट एम एम्च यू जो ला दिता गया बिलकुल टैट करते गए ने तीनों ਅਛੇ ਤਰੀਕੇ ਨਾਲ ਨੰਨੂੰ ਦੁਬਾਰਾ ਰੀ ਚੈੱਕ ਕਰ ਲੈਣਾ ਤਾਂ ਕਿ ਕੋਈ ਲੂਜ਼ ਨਾ ਹੋਵੇ ਇਹਨਾਂ ਨੂੰ ਹੁਣ ਅਸੀਂ ਲਾਤਾ ਹੈ ਹੁਣ ਅਸੀਂ ਇਸ ਬੋਲਟ ਨੂੰ ਲਾਉਂਗੇ ਇਸ ਬੋਲਟ ਦੇ ਨਾਲ ਅਸੀਂ ਜਿਹੜਾ ਇਹ ਇਹਨੂੰ ਲਾ ਕਰੂਗਾ ਕੇਮ ਸ਼ਾਫਟ ਨੂੰ ਆ ਜਿਹੜਾ ਸਾਹਮਣੇ ਸੁਰਾਖ ਹੈ ਔਰ ਜਿਹੜੇ ਬੈਕ ਸਾਈਡ ਤੇ ਸੇਮ ਸੁਰਾਖ ਹੈ ਟਾਈਮਿੰਗ ਪਲੇਟ ਦੇ ਵਿਚੋੜੇ ਵਿੱਚ ਬੋਲਟ ਲਾ ਦੇਣਾ ਬਿਲਕੁਲ ਸਾਡੇ ਨਾਲ ਬੋਲਟ ਲੱਗ ਗਿਆ ਹੈ ਔਰ ਕੇਮ ਸ਼ਾਫਟ ਤੁਸੀਂ ਲਾ ਕਰ ਦਿੱਤੀ ਜਾਂਦੀ ਹੈ ਇਸ ਸੈਂਟਰ ਵਾਲਾ ਜਿਹੜਾ ਗੇੜੇ ਤੇ ਆਡਾ ਓ ਕਿਤੇ ਵੀ ਹੋਵੇ ਉਹਦਾ ਟਾਈਮਿੰਗ ਕੋਈ ਮਸਲਾ ਨਹੀਂ ਆ 13 ਦੀ ساکਟ ਤੇ 12 ਪੈਲੂ ਜਿਹੜੀ ਵਜ੍ਹਾ ਤੋਂ ਜਿੰਨਾਲ ਇੰਜਣ ਘੁਮਾਇਆ ਜਾਂਦਾ ਹੈ ਅੱਜ ਅਸੀਂ ਹੁਣ ਉਹ ਬੋਲਟ ਲਾਤਾ ਹੈ ਉਹ ਦੇਖ ਸਕਦੇ ਹੋ ਆ ਪੰਪ ਜਿਹੜਾ ਹੈ ਇਹਨੂੰ ਹੁਣ ਰੋਟੇਟ ਕੀਤਾ ਜਾਊਗਾ ਇਹ ਪੰਪ ਨੂੰ ਰੋਟੇਟ ਕਰਕੇ ਜਾਂ ਘੁਮਾ ਕੇ ਜਿਹੜੀ ਕੀ ਵਾਲੀ ਸਾਈਟ ਹੈ ਜਿੱਧਰੋਂ ਕੀ ਨਿਕਲੀ ਹੋਈ ਹੈ ਅਸੀਂ ਇੱਥੇ ਕਰੂਗੇ ਆ ਦੇਖੋ ਜੀ ਇਧਰ ਹੁਣ ਆਹਾ ਬੋਲਟ 14 ਨੰਬਰ ਦੀ ਚਾਬੀ ਲੈ ਕੇ ਜਾਂ ਪਾਨਾ ਲੈ ਕੇ ਅਸੀਂ ਉਹਨਾਂ ਖੋਲੂਗੇ ਇਸ 볼ਟ ਨੂੰ ਖੋਲ ਦਿੱਤਾ ਗਿਆ ਹੈ ਇਹ 1 ਨੰਬਰ ਦਾ 볼ਟ ਹੈ ਇਸ ਟਾਈਮ ਸਾਡਾ ਇੰਜਨ 1 ਨੰਬਰ ਤੇ ਨੇ ਟਾਪ ਤੇ ਤੇ ਆ ਪੰਪ ਦਾ ਜਿਹੜਾ ਹੈ 1 ਨੰਬਰ ਹੈ ਇਹ ਇੰਜੈਕਟਰ 1 ਨੰਬਰ ਨੋਜ਼ਲ 1 ਨੰਬਰ ਇਹਨੂੰ ਖੋਲਿਆ ਗਿਆ ਹੈ ਖੋਲ ਕੇ ਤੁਹਾਡੇ ਕੋਲ ਕੋਈ ਵੀ ਐਲਨ ਕੀ ਇਹ ਬਰੀਕ ਜਾਂ ਤਾਰੇ ओरी मदद के नी चेक कर लेना है आया पंप से धारी लाइनमेंट सीधी है एक नंबर टापते ने अगर नहीं टापते तो अगे घुमा के उन्होंने रोटेट करके तुम्हें देख लैना हल्का फुलका जिते एक नंबर आ जाए एल एनकी उस चली जाएगी एल की जी पंप के अंदर चली जाऊगी अगर धी आजगीटर जी इस जी लैन बराबर सीधा होगा काटर ਜਿਹੜੀ ਕਾਟਰ ਹੈ ਉਹ ਬਿਲਕੁਲ ਇੱਕ ਨੰਬਰ ਦੇ ਬਰਾਬਰ ਹੋਊਗਾ। ਯਾ ਦੇਖੋ ਜੀ ਹੁਣ ਅਸੀਂ ਇਹਨੂੰ ਲਾਕ ਕਰੂਗੇ। ਆ ਜਿਹੜਾ ਲਾਕ ਨਾਟ ਹੈ ਸਾਡਾ ਟਾਈਮਿੰਗ ਉਧਰੋਂ ਸਿੱਧਾ ਹੋ ਗਿਆ ਹੈ ਤਾਂ ਕਿ ਪੰਪ ਜਿਹੜਾ ਹੈ ਤੁਸੀਂ ਗੇਅਰ ਲੋਂਦੇ ਆ ਤੇ ਗੇਅਰ ਲਾ ਕੇ ਟਾਈਟ ਕਰਦੇ ਹੋ ਤਾਂ ਇਹ ਰੋਟੇਟ ਨਾ ਹੋਵੇ। ਇਹਨੂੰ ਆ ਖੋਲ ਲਿਤਾ ਜਾਊਗਾ, ਲੂਸ ਕਰ ਦਿੱਤਾ ਜਾਊਗਾ, ਲੂਸ ਕਰਨ ਤੋਂ ਬਾਅਦ ਆ ਜਿਹੜੀ ਵੱਡੀ ਸਾਈਡ ਹੈ, ਚੌੜੀ ਸਾਈਡ ਹੈ। ਇਹ ਬੋਲਟ ਦੇ ਉੱਪਰ ਆ ਜੂਗੀ। ਹੁਣ ਆ ਦੇਖੋ ਜੀ ਅਸੀਂ ਇਹਨੂੰ ਲੂਜ਼ ਕਰਨੇ ਆ ਚਾਬੀ ਦੀ ਮਦਦ ਨਾਲ 13 ਨੰਬਰ ਦੀ ਚਾਬੀ ਲੱਗੂਗੀ। ਇੱਥੇ احتیاط ਕਰਨੀ ਹੈ ਕਿ ਬੋਲਟ ਜ਼ਿਆਦਾ ਟਾਈਟ ਕਰਕੇ 슬ਿੱਪ ਨਾ ਹੋ ਜਾਵੇ ਜਾਂ ਅੰਦਰ ਚੂੜੀ ਦਾ ਖੇਚਲਵੇ ਕਿਉਂਕਿ ਅਲੂਮੀਨੀਅਮ ਦੀ ਬਾਡੀ ਹੁੰਦੀ ਹੈ। ਆ ਹੁਣ ਅਸੀਂ ਉਹਨੂੰ ਘੁਮਾ ਕੇ ਉਪਰ ਕਰਾਂਗੇ ਜੀ। ਆ ਦੇਖੋ ਜੀ ਜਿਹੜੀ ਬ੍ਰੇਕ ਸਾਈਡ ਸੀ ਜਿਹੜੀ ਅੰਦਰ ਸੀਗੀ ਉਹ ਬਾਹਰ ਆ ਗਈ ਹੈ। ਉਹਨਾਂ ਪੰਪ ਜਿਹੜਾ ਹੈ ਅਸੀਂ ਲਾਕ ਕਰਤਾ ਹੈ ਆ ਦੇਖੋ ਜੀ ਬਿਲਕੁਲ ਹੱਥ ਦੀ ਮਦਦ ਨਾਲ ਚੈੱਕ ਕਰੂਗਾ ਬਿਲਕੁਲ ਫ੍ਰੀ ਹੋਊਗੀ ਤਾਂ ਰੋਟੇਟ ਕਰੂਗੇ ਆ ਦੇਖੋ ਆ ਵੱਡੀ ਸਾਈਡ ਉੱਪਰ ਕੀਤੀ ਜਾ ਰਹੀ ਏ ਤਾਂ ਕਿ ਜਿਹੜਾ ਹੈ ਤੁਹਾਡਾ ਪੰਪ ਬਿਲਕੁਲ ਲਾਕ ਹੋ ਜਵੇ ਯਾਰ ਦੇਖੋ ਜੀ ਇੱਥੇ ਇਹਨੂੰ ਚੈੱਕ ਕਰ ਲੈਣਾ ਹੈ ਬਿਲਕੁਲ ਤੁਹਾਡਾ ਪੰਪ ਜਿਹੜਾ ਹੈ ਬਿਲਕੁਲ ਲਾਕ ਹੋ ਗਏ ਤਾਂ ਕਿ ਜਿਹੜਾ ਹੈ ਤੁਹਾਡਾ ਪੰਪ ਤੁਸੀਂ ਜਦੋਂ ਗੇਅਰ ਫੇ ਫਿਟ ਕਰੋ ਉਸ ਤੋਂ ਬਾਅਦ ਕੁੰਮੇ ਨਹੀਂ ਜੇ ਰੋਟੇਟ ਨਹੀਂ ਹੋਊਗਾ ਇਹਨੂੰ ਰੋਟੇਟ ਕਰ ਦੇਣਾ ਆ ਦੇਖੋ ਜੀ ਆਪਣੇ ਸਪਾਈਨਰ ਦੀ ਮਦਦ ਨਾਲ ਰੋਟੇਟ ਕਰਨਾ ਹੈ ਜ਼ਿਆਦਾ ਟਾਈਟ ਵੀ ਨਹੀਂ ਕਰਨਾ ਠੀਕ ਹੈ ਆ ਦੇਖੋ ਜੀ ਇਸ ਤੋਂ ਬਾਅਦ ਆਸੀਂ ਹੁਣ ਜਿਹੜਾ ਹੈ ਆਪਣਾ ਸਾਰਾ ਕਰਤਾ ਗਿਆ ਆ ਦੇਖੋ ਹੱਥ ਦੀ ਮਦਦ ਨਾਲ ਚੈੱਕ ਕਰ ਲਓ ਬਿਲਕੁਲ ਲੂਸ ਹੋਰ ਫ੍ਰੀ ਕੁੰਮੜੇ ਨੇ ਇਹ ਪੰਪ ਤੁਹਾਡਾ ਲਾਕ ਹੋ ਗਿਆ ਟਾਈਮਿੰਗ ਤੁਹਾਡਾ ਬਿਲਕੁਲ ਲਾ ਕੇ ਟਾਈਮਿੰਗ ਹੁਣ ਸਿੱਧਾ ਹੈ ਆ ਦੇਖ ਲਓ ਬਿਲਕੁਲ ਫਰੀ ਨੇ ਇਹ ਉੱਪਰ ਲੈ ਜਾਓ ਥੱਲੇ ਲੈ ਜਾਓ ਬਿਲਕੁਲ ਜਿੱਥੇ ਮਰਜੀ ਤੁਹਾਡਾ ਪੰਪ ਲਾ ਕੇ ਔਰ ਲਾਕ ਹੋਂ ਦੀ ਸੂਰਤ ਦੇ ਵਿੱਚ ਤੁਸੀਂ ਪੰਪ ਨੂੰ ਕੁਝ ਵੀ ਇੰਜਨ ਨਹੀਂ ਘੁਮਾਉਣਾ ਗੇਅਰ ਲਾ ਕੇ ਇੰਜਨ ਨਹੀਂ ਘੁਮਾਉਣਾ ਆ ਦੇਖੋ ਹੁਣ ਅਲਨ ਕੀ ਅੰਦਰ ਪਾਈ ਜਾ ਰਹੀ ਹੈ ਬਿਲਕੁਲ ਫਰੀ ਨੇ ਅਲਨ ਕੀ ਬਿਲਕੁਲ ਫਰੀ ਹੋਣੀ ਚਾਹੀਦੀ ਔਰ ਇੰਨੀ ਅਲਨ ਕੀ ਅੰਦਰ ਹੋਣੀ ਚਾਹੀਦੀ ਹੈ ਆ ਦੇਖ ਲਓ ਜੀ ਇੰਨੀ ਅਲਨ ਕੀ ਇਹਦੇ ਅੰਦਰ ਜਾ ਰਹੀ ਏ ਇਹ ਆ ਦੇਖੋ ਜੀ ਕਿੰਨੀ ਅਲਨ ਕੀ ਇਹਦੇ ਅੰਦਰ ਜਾ ਰਹੀ ਏ ਆ ਦੇਖੋ ਬਿਲਕੁਲ ਕਿੰਨੀ ਅਲਨ ਕੀ ਇਸ ਦੇ ਅੰਦਰ ਜਾ ਰਹੀ ਏ ਪੰਪ ਦੇ ਇੰਨੀ ਅਲਨ ਕੀ ਪੰਪ ਦੇ ਅੰਦਰ ਨੇ ਠੀਕ ਹੈ ਆ ਦੇਖ ਲਓ ਪੰਪ ਦਾ ਜਿਹੜਾ ਤੁਸੀਂ ਕਾਟੜੇ ਉਹ ਇੱਕ ਨੰਬਰ ਵਾਲੀ ਸਾਈਡ ਨੂੰ ਨੇ ਇਪੜਕਨ ਡੀਜੇ ਡੀ ਕੇ ਕੋਈ ਵੀ ਪਰਕਨ ਨੇ 3 ਕੇਵੀਏ 35 ਕੇਵੀਏ 60 ਕੇਵੀਆ ਗੀਅਰ ਅਸੀਂ ਲਾਉਣ ਲੱਗੇ ਨੇ ਜੀ ਆਹ ਦੇਖੋ ਜੀ ਪੰਪ ਦੇ ਗੀਅਰ ਦਾ ਟਾਈਮਿੰਗ ਦਾ ਜਿਹੜਾ ਨਿਸ਼ਾਨ ਹੈ ਉਹ ਜਿੱਥੇ ਮਰਜ਼ੀ ਆਵੇ ਤੁਹਾਡਾ ਪੰਪ ਇੱਕ ਨੰਬਰ ਤੇ ਹੋਵੇ ਤੇ ਤੁਸੀਂ ਉਹਨੂੰ ਫਿੱਟ ਕਰਦੇ ਹੋ ਤੁਹਾਨੂੰ ਇਹ ਇੱਕ ਟ੍ਰਿਕ ਦੱਸੀ ਜਾਊਗੀ ਕਿਉਂਕਿ ਜਿਹਰੇ ਵਿੱਚ ਤੁਸੀਂ ਪੰਪ ਕਿਤੇ ਵੀ ਹੋਵੇ ਪੰਪ ਦਾ ਜਿਹੜਾ ਗੀਅਰ ਦੇ ਉੱਤੇ ਨਿਸ਼ਾਨ ਹੈ ਉਹ ਕਿਤੇ ਵੀ ਹੋਵੇ ਜਿਹੜਾ ਇਹ ਪੰਪ 'ਤੇ ਦਾ ਪੰਪ ਦਾ ਇੱਕ ਨੰਬਰ ਟਾਪ ਤੇ ਹੋਣਾ ਚਾਹੀਦਾ ਹੈ ਗੇਅਰ ਜਿਹੜਾ ਹੈ ਤੁਹਾਡਾ ਉਹਰੇ ਉੱਤੇ ਜਿਹੜਾ ਟਾਈਮਿੰਗ ਦਾ ਨਿਸ਼ਾਨ ਹੈ ਉਹ ਅੱਗੇ ਪਿੱਛੇ ਆ ਜਾਵੇ ਕੋਈ ਮਸਲਾ ਨਹੀਂ ਔਰ 22 ਨੰਬਰ ਦੇ ਸਾਕਰ ਲੱਗੂਗੀ ਪੰਪ ਨੂੰ ਟਾਈਟ ਕਰਨ ਲਈ ਆ ਜੀ ਸਾਡਾ ਹੁਣ ਲੱਗ ਗਿਆ ਹੈ ਬਿਲਕੁਲ ਇੰਜਨ ਟਾਪਸ ਨੇ ਉਧਰੋਂ ਦੇਖੋ ਲਾਗ ਨੇ ਇਧਰੋਂ ਪੰਪ ਵੀ ਲੱਗਦਾ ਨੇ ਉਹ ਦੇਖੋ ਜੀ ਹਲਕੀ ਪਾ ਕੇ ਚੈੱਕ ਕੀਤਾ ਜਾ ਰਿਹਾ ਹੈ ਹਲਕੀ ਬਿਲਕੁਲ ਫ੍ਰੀ ਨੇ ਹੁਣ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਸ ਨੂੰ ਚੈੱਕ ਕਰ ਲਿਆ ਬਿਲਕੁਲ ਸਾਡਾ ਬਾਈ ਦਾ ਨਾਟ ਵੀ ਟਾਇਰ ਨੇ ਅਸੀਂ ਆਡਾਪਟਰ ਲਾ ਰਹੇ ਹਾਂ ਜੀ ਹੁਣ ਪੰਪ ਦਾ ਜਿਹੜਾ ਅਡਾਪਟਰ ਏ ਜਿਹੜਾ ਬੋਲਟ ਏ ਇੱਕ ਨੰਬਰ ਵਾਲਾ ਅਸੀਂ ਉਹ ਲਾ ਰਹੇ ਹਾਂ ਪੰਪ ਦੇ ਰੂਟਰ ਚ ਆਹ ਦੇਖੋ ਜੀ ਪੰਪ ਦੇ ਰੂਟਰ ਚ ਪਹਿਲਾਂ ਹੱਥ ਨਾਲ ਲਾਉਣਾ ਹੈ ਚਾਬੀ ਦੀ ਮਦਦ ਨਾਲ ਨਹੀਂ ਤਾਂ ਕਿ ਜਿਹੜੀ ਜਿਹੜੀ ਚੂੜੀ ਉਹ ਖਰਾਬ ਨਾ ਹੋਵੇ ਆਹ ਦੇਖੋ ਜੀ ਹੱਥ ਦੀ ਮਦਦ ਨਾਲ ਬਿਲਕੁਲ ਟਾਈਟ ਹੋ ਗੇ ਲੜਮ ਲੱਗ ਗਿਆ ਹੈ ਆ ਚਾਬੀ ਨਾਲ ਇਹਨੂੰ ਟਾਈਰ ਕਰ ਦੇਣਾ ਹੈ ਆ ਦੇਖੋ ਚਾਬੀ ਦੀ ਮਦਦ ਨਾਲ ਇਹਨੂੰ ਟਾਈਟ ਕੀਤਾ ਜਾ ਰਿਹਾ ਹੈ ਬਿਲਕੁਲ ਟਾਈਟ ਹੋ ਗਿਆ ਹੈ ਆ ਦੇਖੋ ਜੀ ਇਹ ਰੀਅ ਵਾਸ਼ ਨੂੰ ਪੂਰੀਆ ਪ੍ਰੋਪਰ ਰੱਖਣੀਏ ਹੁਣ ਅਸੀਂ ਇਹਨੂੰ ਅਨਲਾਕ ਕਰੂਗੇ ਪੰਪ ਨੂੰ ਕਿਉਂਕਿ ਪਹਿਲੋਂ ਅਸੀਂ ਇਹਨੂੰ ਲਾਕ ਕੀਤਾ ਸੀ ਪੰਪ ਨੂੰ ਤਾਂ ਕਿ ਜਿਹੜਾ ਸਾਡੀ ਅਗਮ ਪੰਪ ਦੀ ਸ਼ਾਫਟ ਹੈ ਉਹ ਰੋਟੇਟ ਨਾ ਹੋਵੇ ਜਦੋਂ ਗੇਅਰ ਲਾਈਏ ਹੁਣ ਅਸੀਂ ਇਸ ਨੂੰ ਅਨਲਾਕ ਕਰ ਦੂਗੇ ਜਿਹੜਾ ਛੋਟਾ ਕਾਟੇ ਉਹ ਹੁਣ ਬੋਲਟ ਦੇ ਅੰਦਰ ਅਗਲੀ ਸਾਈਡ ਤੇ ਬਹਿ ਜਾਊਗਾ ਪਰ ਉਹ ਇਹ ਜਿਹੜੀ ਕੀ ਹੈ ਟੈਟ ਹੋ ਜੂਗੀ ਆ ਦੇਖੋ ਜੀ ਇਹਨੂੰ ਹੁਣ ਖੋਲਿਆ ਜਾ ਰਿਹਾ ਹੈ ਖੋਲ ਕੇ ਅਨਲੌਕ ਕੀਤਾ ਜਾ ਰਿਹਾ ਹੈ ਤਾਂ ਕਿ ਪੰਪ ਜਿਹੜਾ ਹੈ ਅਨਲੌਕ ਹੋ ਜਵੇ ਪਹਿਲਾਂ ਲਾਕ ਕੀਤਾ ਸੀ ਹੁਣ ਅਸੀਂ ਇਹਨੂੰ ਦੁਬਾਰਾ ਅਨਲੌਕ ਕਰ ਰਹੇ ਹਾਂ ਕਿਉਂਕਿ ਜੇ ਦੋ ਤੱਕ ਇਹਨੂੰ ਅਨਲੌਕ ਨਹੀਂ ਕਰੂਗੇ ਤੇ ਅਸੀਂ ਬਾਜ ਜੂਗੇ ਸਾਡਾ ਅਗਰ ਅਸੀਂ ਲਾਗ ਪمپ ਉੱਪਰ ਇਹਨੂੰ ਘੁਮਾਵਾਂਗੇ ਇੰਜਨ ਨੂੰ ਜਾਂ ਰੋਟੇਟ ਕਰਾਂਗੇ ਸਾਡਾ ਬੋਲਟ ਤਾਂ ਨੁਕਸਾਨ ਹੋਊਗਾ ਜਾਂ ਪمپ ਦਾ ਕੋਈ ਨੁਕਸਾਨ ਹੋਊਗਾ ਇਹਨੂੰ ਅچھے ਤਰੀਕੇ ਨਾਲ ਪਹਿਲਾਂ ਚੈੱਕ ਕਰ ਲੈਣਾ ਹੈ ਕਿ ਤੁਹਾਡਾ ਪمپ ਲਾ ਲਾ ਕੇ ਜਾਂ ਅਨ ਲਾ ਕੇ ਆਹ ਦੇਖੋ ਜੀ ਇਹਨੂੰ ਖੋਲ ਕੇ ਵਾਪਸ ਅچھے ਤਰੀਕੇ ਨਾਲ ਤੇ ਅਸੀਂ ਅਨ ਲਾ ਕਰਨ ਲੱਗੇ ਆ ਜੀ ਇਹ ਪੰਪ ਆਹ ਅਨ ਲਾਖ ਹੋ ਗਿਆ ਹੁਣ ਜੀ ਆ ਦੇਖੋ ਜਿਹੜੀ ਚੌੜ ਸਾਈਡ ਹੈ ਜਿੱਧਰ ਜ਼ਿਆਦਾ ਸਪੇਸ ਹੈ ਉਹ ਥੱਲੇ ਆ ਜਾਣੀ ਹੈ ਔਰ ਜਿੱਧਰ ਘੱਟ ਸਪੇਸ ਹੈ ਉਹ ਉੱਪਰ ਅੰਦਰ ਆ ਜਾਣੀ ਹੈ ਆ ਦੇਖੋ ਜੀ ਹੁਣ ਅਸੀਂ ਇਹਨੂੰ ਲਾ ਅਨਲਾਗ ਕਰ ਦਿੱਤਾ ਹੈ ਯਾ ਦੇਖੋ ਜੀ ਅਨਲਾਗ ਕਰ ਦਿੱਤਾ ਗਿਆ ਹੈ ਇਸ ਬਾਅਦ ਦਾ ਖਾਸ ਖਿਆਲ ਰੱਖਣਾ ਹੈ ਕਿ ਤਾਕਿ ਤੁਹਾਡਾ ਪੰਪ ਅਨਲਾਗ ਏ ਜਦੋਂ ਤੁਸੀਂ ਇਹਨੂੰ ਸਲਫ ਲਾਉਣਾ ਹੈ ਜਾਂ ਇੰਨਾਂ ਨੂੰ ਰੋਟੇਟ ਕਰਨਾ ਹੈ ਜਾਂ ਘਮਾਉਣਾ ਹੈ ਇਹ ਖਾਸ ਖਿਆਲ ਰੱਖਣਾ ਕਿ ਤੁਹਾਡਾ ਇੰਜਨ ਅਨਲਾ ਕੇ ਪੰਪ ਜਿਹੜਾ ਹੈ ਅਨਲਾ ਕੇ ਔਰ ਇਧਰੋਂ ਤੁਸੀਂ ਹੁਣ ਕੇਮ ਸ਼ਾਫਟ ਦਾ ਜਿਹੜਾ ਬੋਲਟ ਲਾਇਆ ਹੈ ਉਹਨੂੰ ਵੀ ਰਿਮੂਵ ਕਰਨਾ ਹੈ ਉਹਨੂੰ ਵੀ ਬਾਹਰ ਕੱਢ ਲੈਣਾ ਹੈ ਖੋਲ ਕੇ ਤਾਂ ਕਿ ਜਿਹੜਾ ਤੁਹਾਡਾ ਇੰਜਨ ਉਹ ਰੋਟੇਟ ਹੋ ਸਕੇ ਤੁਹਾਡੀ ਕੇਮ ਸ਼ਾਫਟ ਵੀ ਅਨਲਾ ਕੇ ਆ ਅਸੀਂ ਹੁਣ ਇੰਜਨ ਰੋਟੇਟ ਕਰਨ ਲੱਗੇ ਆ ਜੀ ਆ ਦੇਖੋ ਜੀ ਇਹਨੂੰ ਇੰਜਨ ਨੂੰ ਰੋਟੇਟ ਕਰੂਗੇ ਬੈਕ ਸਾਈਡ ਰੋਟੇਟ ਕਰਕੇ ਦੇਖ ਲੈਣਾ ਹੈ ਕਿ ਬਿਲਕੁਲ ਜ਼ੋਰ ਨਹੀਂ ਲਾਉਣਾ ਜ਼ਿਆਦਾ ਕਿ ਆਸਾਨ ਨਾਲ ਰੋਟੇਟ ਹੁੰਦਾ ਹੈ ਫਿਰ ਫਰੰਟਸ ਐਨੂੰ ਰੋਟੇਟ ਕਰਕੇ ਦੇਖ ਲੈਣਾ ਪਹਿਲਾਂ ਰਿਵਰਸ ਕਰ ਲੋ ਬਾਅਦ ਚ ਫਾਰਵਰਡ ਕਰ ਲੋ ਅਗਰ ਪਹਿਲਾਂ ਫਾਰਵਰਡ ਕਰਨਾ ਹੈ ਫਾਰਵਰਡ ਕਰ ਲੋ ਬਾਅਦ ਚ ਰਿਵਰਸ ਕਰਨਾ ਹੈ ਰਿਵਰਸ ਕਰ ਲੋ ਔਰ ਇੱਕ ਚੱਕਰ ਦੇਣਾ ਇੱਕ ਚੱਕਰ ਦੇ ਲੋ ਅੱਧਾ ਚੱਕਰ ਦੇਣਾ ਹੈ ਅੱਧਾ ਚੱਕਰ ਦੇ ਲੋ ਚੈੱਕ ਕਰ ਲੋ ਤਾਂ ਕਿ ਤੁਹਾਡਾ ਪੰਪ ਔਰ ਕੇਮ ਸ਼ਾਫਟ ਅਨਲਾਕ ਹੋਏ